ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਗਿੱਦੜਵਾਹਾ 'ਚ ਇੱਕ ਮਾਂ ਨੇ ਆਪਣੇ ਪਤੀ, ਆਪਣੀ ਸੱਸ ਅਤੇ ਉਸ ਦੀ ਧੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਲਗਾਏ ਨੇ। ਪੀੜਤ ਮਹਿਲਾ ਰਾਣੀ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਕੁੱਟਮਾਰ ਕਰਦਾ ਸੀ ਅਤੇ ਦਾਜ ਨਾ ਲਿਆਉਣ ਦੀ ਸੂਰਤ 'ਤੇ ਉਸ ਨੂੰ ਗਲਤ ਕੰਮ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸਨੇ ਆਪਣੀ ਧੀ ਨੂੰ ਲੈ ਕੇ ਪੇਕੇ ਘਰ ਆ ਗਈ। ਪਰ ਜਦੋਂ ਸੱਸ ਅਤੇ ਪਤੀ ਉਸਦੇ ਪੇਕੇ ਘਰੋਂ ਉਸਦੀ ਧੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ, ਜਦੋਂ ਉਹਨਾਂ ਨੇ ਸੱਸ ਅਤੇ ਪਤੀ ਦਾ ਪਿੱਛਾ ਕੀਤਾ ਤਾਂ ਦੋਵੇਂ ਦੋਸ਼ੀ ਉਹਨਾਂ ਨੂੰ ਗਾਲਾਂ ਕੱਢਦੇ ਥਾਣੇ ਜਾ ਵੜੇ। ਉੱਥੇ ਹੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਵਾਲਿਆਂ ਨੇ ਲੜਕੀ ਦੀ ਕੁੱਟਮਾਰ ਕਰ ਦਿੱਤੀ ਅਤੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਕਿਉਂਕਿ ਉਹ ਮੇਰੀ ਕੁੱਟਮਾਰ ਬਹੁਤ ਕਰਦੇ, ਮਤਲਬ ਗਲਤ ਕੰਮ ਕਰਾਉਣਾ ਚਾਹੁੰਦੇ, ਮੈਂ ਕਰਨਾ ਨਹੀਂ ਚਾਹੁੰਦੀ ਕਿਉਂਕਿ ਮੇਰੀ ਸੱਸ ਵੀ ਇਹੀ ਕੰਮ ਕਰਦੀ ਹੈਗੀ ਅਤੇ ਉਹ ਮੇਰੀ ਕੁੜੀ ਚੋਰੀਆਂ ਚੱਕ ਕੇ ਲੈ ਗਈ। ਜਦੋਂ ਮੈਂ ਉਹਨਾਂ ਦੇ ਪਿੱਛੇ ਆਈ, ਮੈਂ ਜਾਂਦੀ ਕਿਤੇ ਹੋਰ ਸੀ, ਜਦੋਂ ਮੈਂ ਦੇਖਿਆ ਮੇਰੀ ਬਾਜ਼ਾਰ 'ਚ ਕੁੜੀ ਲਈ ਜਾਂਦੇ, ਮੈਂ ਫੜਨ ਲੱਗੀ ਆਪਣੀ ਕੁੜੀ ਅਤੇ ਉਹ ਭੱਜ ਕੇ ਥਾਣੇ ਵਿੱਚ ਵੜ ਗਈ। ਜਦੋਂ ਮੈਂ ਉਹਨਾਂ ਨੂੰ ਮੇਰੀ ਕੁੜੀ ਦੋ ਅਤੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਕੇ ਦਫ਼ਤਰ ਦੇ ਵਿੱਚ ਲੈ ਗਏ ਅਤੇ ਉੱਥੇ ਸਾਡੀ ਬਹੁਤ ਜ਼ਿਆਦਾ ਮੇਰੀ ਤਾਂ ਕੁੱਟਮਾਰ ਕੀਤੀ ਉਹਨਾਂ ਨੇ, ਮੇਰੀ ਮੰਮੀ ਦੀ ਵੀ, ਮੇਰੀ ਵੀ। ਕਿਹੜੇ ਸੀ ਪੁਲਿਸ ਮੁਲਾਜ਼ਮ? ਪੁਲਿਸ ਮੁਲਾਜ਼ਮਾਂ ਨੂੰ ਪਛਾਣ ਸਕਦੇ ਹਾਂ, ਪਰ ਨਾਂ ਨਹੀਂ। ਕੀ ਉਹਨਾਂ ਨੇ ਕੀ ਕੀਤਾ ਪੁਲਿਸ ਮੁਲਾਜ਼ਮਾਂ ਨੇ? ਪੁਲਿਸ ਮੁਲਾਜ਼ਮਾਂ ਨੇ ਸਾਨੂੰ ਕੁੱਟਿਆ ਬਹੁਤ ਜ਼ਿਆਦਾ। ਪੁਲਿਸ ਮੁਲਾਜ਼ਮ ਸਾਨੂੰ ਐਂ ਵੀ ਕਹਿੰਦੇ ਸੀ, ਉਹ ਕਹਿੰਦੇ ਸਾਡੇ ਨਾਲ ਜਾਂਦੀ ਨਹੀਂ, ਕਹਿੰਦਾ ਇਹ ਕਿਤੇ ਹੋਰ ਖੇਹ ਖਾਂਦੀ ਹੋਣੀ ਆ, ਤਾਂ ਹੀ ਨਹੀਂ ਤੁਹਾਡੇ ਨਾਲ ਜਾਂਦੀ, ਕਹਿੰਦਾ ਇਹ ਤਾਂ ਨੱਚਦੀ ਜਾਊਗੀ ਤੁਹਾਡੇ ਨਾਲ। ਕੀ ਆਪਣੇ ਦਰਖਾਸਤਾਂ ਦਿੱਤੀ ਹੈ ਤੁਸੀਂ? ਹਾਂਜੀ, ਦਰਖਾਸਤ ਕਿੱਥੇ ਕਿੱਥੇ ਦਿੱਤੀ ਹੈ? ਕਚਹਿਰੀਆਂ ਡੀ ਐਸ ਪੀ ਨੂੰ, ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਕਿੰਨੇ ਦਿਨ ਹੋ ਗਏ ਦਰਖਾਸਤ ਦਿੱਤੀ ਨੂੰ? 4 ਦਿਨ ਹੋ ਗਏ, 26 ਤਰੀਕ ਦੀ ਦਿੱਤੀ ਹੋਈ। ਦੱਸਦੇ ਸੀ ਚੋਰਾਂ ਵਾਂਗੂ ਆ ਜਾਂਦੇ ਸੀ, ਹੁਣ ਪਿਛਲੇ ਹਫ਼ਤੇ ਆ ਕੇ ਉਹ ਲੈ ਗਏ ਅਗਲੀ ਚੱਕ ਕੇ ਚੋਰ ਨੂੰ। ਅਸੀਂ ਤਾਂ ਘਰੇ ਸੀ, ਕੱਪੜੇ ਧੋਣ ਲੱਗ ਗਏ, ਚੱਕ ਕੇ ਲੈ ਗਏ। ਅਸੀਂ ਤਾਂ ਕਿਹਾ ਵੀ ਬੱਚੇ ਨੂੰ ਚੀਜ਼ ਦਵਾਉਣ ਉਤਰਿਆ, ਹੁਣ ਸਾਨੂੰ ਕੀ ਪਤਾ ਵੀ ਕੀ ਦਵਾਉਣ, ਬੱਚਾ ਅਸੀਂ ਫੜ ਨਹੀਂ ਸਕਦੇ ਕਿਸੇ ਦਾ, ਵੀ ਚੱਲ ਕੋਈ ਗੱਲ ਨਹੀਂ, ਜਵਾਕ ਸਾਰਿਆਂ ਨੂੰ ਪਿਆਰਾ ਲੱਗਦਾ। ਜਦੋਂ ਅਸੀਂ ਮਗਰ ਪਿੱਛੇ ਆਏ ਥਾਣੇ ਕੋਲ, ਇੱਥੇ ਆ ਕੇ ਸਾਨੂੰ ਉਹਨਾਂ ਨੇ ਬੱਚਾ ਫੜਨ ਲੱਗੀ ਗੁੱਡੀ, ਅਤੇ ਇਹਦੇ ਕੋਲ ਫੜ ਕੇ ਥਾਣੇ 'ਚ ਵੜ ਕੇ ਗਾਲਾਂ ਦਿੰਦੇ ਦਿੰਦੇ, ਉੱਥੇ ਸਾਨੂੰ ਬੱਚਾ ਦੇ ਗਏ, ਉਹਨਾਂ ਨੂੰ ਫੜਾ ਤਾ, ਸਾਨੂੰ ਮੁਲਾਜ਼ਮਾਂ ਨੇ ਕੁੱਟਮਾਰ ਕਰੀ, ਨੇ ਇਹਦੇ ਤਿੱਕਰ ਪਾਈ ਕੱਟਿਆ ਸਾਨੂੰ ਉਹਨਾਂ ਨੇ, ਕਹਿੰਦੇ ਆਪਦੇ ਮੁਲਾਜ਼ਮ ਬੰਦੇ ਨੇ, ਉਹ ਅਸੀਂ ਫਿਰ ਤਾਂ ਲਾਂਗੇ ਸਾਨੂੰ। ਇੱਕ ਸਬਜ਼ੀ ਵਾਲਾ ਆਈ, ਭਾਈ ਆਇਆ ਸਾਨੂੰ, ਕੋਈ ਉਹਨੇ ਛਡਾਇਆ, ਕਹਿੰਦਾ ਮੈਂ ਜਾਣਦਾ ਇਹਨਾਂ ਨੂੰ। ਕੋਈ ਇੱਥੋਂ ਤੋਂ ਮੰਗ ਵੀ ਕਰਦੇ ਆ ਜਿਹੜੀ ਇਹ? ਮੰਗ ਸਾਥੋਂ ਮੰਗ ਕਰਦੇ ਆ ਵੀ ਤੁਸੀਂ ਲਿਆਓ, ਲਿਆ ਆਪਦਾ ਸਮਾਨ ਲਿਆ ਕੇ ਆਪਦਾ ਅੱਡ ਹੋ ਜਾ, ਐਵੇਂ ਕਹਿੰਦੇ ਆ। ਮੇਰੀ ਸੱਸ ਕਹਿੰਦੀ ਸਮਾਨ ਲਿਆ ਕੇ ਆਪਦਾ ਅੱਡ ਹੋ ਜਾ, ਅੱਡ ਪਕਾ ਲਾ ਆਪਣਾ, ਮੇਰਾ ਰੌਲਾ ਤਾਂ ਐਵੇਂ। ਹਾਂਜੀ, ਕੋਈ ਸੁਣਵਾਈ ਨਹੀਂ ਹੋਈ ਸਾਡੀ, ਕਿਸੇ ਨੇ ਅੱਜ 9 ਦਿਨ ਹੋ ਗਏ, ਕੋਈ ਸੁਣਵਾਈ ਨਹੀਂ ਹੋਈ। ਕੀ ਮੰਗ ਕੀ ਹੈ ਤੁਹਾਡੀ? ਸਾਡੀ ਮੰਗ, ਅਸੀਂ ਬੱਚਾ ਸਾਨੂੰ ਇੱਕ ਵਾਰੀ ਚਾਹੀਦਾ ਜੀ, ਫਿਰ ਉਸ ਤੋਂ ਬਾਅਦ ਫਿਰ ਇਹਨੂੰ ਜੋ ਸਾਡੇ ਨਾਲ ਅਸੀਂ ਸਾਡੇ ਬੰਦੇ ਕਰਨ ਕੋਈ ਕਰ ਲਾਂਗੇ, ਜਿਵੇਂ ਕਹਿਣਗੇ ਜਾਂ ਕੁੜੀਆਂ ਪਊਗੀ ਜਾਂ ਜਾਣਾ ਜਾਂ। ਹੁਣ ਤਾਂ ਜੀ ਜਾਣ ਵਾਲੀ ਕੋਈ ਗੱਲ ਹੀ ਨਹੀਂ ਰੱਖੀ ਉਹਨਾਂ ਨੇ ਸਾਡੇ ਨਾਲ, ਇੱਕ ਸਮਾਗਮ ਦੌਰਾਨ ਜਦੋਂ ਰਾਜਾ ਵੜਿੰਗ ਦੀ ਪਤਨੀ ਤੇ ਇਸ ਮਹਿਲਾ ਦੀ ਗੱਲਬਾਤ ਹੋਈ ਤਾਂ ਰਾਜਾ ਵੜਿੰਗ ਦੀ ਪਤਨੀ ਨੇ ਉਸ ਨੂੰ ਤੁਰੰਤ ਕਾਰਵਾਈ ਕਰਨ ਦੀ ਗੱਲ ਆਖੀ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।